ਜੋ ਕੁਝ ਵੀ ਹੋਇਆ ਨਾ, ਇਹ ਸਭ ਉਸ ਹੀਰ ਦੀ ਵਜ੍ਹਾ ਨਾਲ ਹੋਇਆ। ਉਹਨੇ ਇਹ ਸਾਰੀ ਗਲਤਫਹਿਮੀ ਪੈਦਾ ਕੀਤੀ ਸੀ। ਜੇ ਮੈਂ ਸੱਚ ਦੱਸਾਂ ਨਾ, ਉਹਦੀ ਭੈਣ ਇੱਕ ਨੰਬਰ ਦੀ ਚੇਪ ਹੈ ਉਹ। ਉਹਨੂੰ ਕਿੰਨੀ ਵਾਰ ਕਿਹਾ ਮੈਂ ਕਿ ਮੈਂ ਵਿਆਹਿਆ ਹੋਇਆ, ਪਰ ਉਹਦੇ ਬਾਵਜੂਦ ਵੀ ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੀ। ਖੈਰ ਛੱਡੋ, ਉਹਨਾਂ ਦੋਨਾਂ ਭੈਣਾਂ ਦਾ ਨਾ ਦਿਮਾਗ ਹੀ ਖਰਾਬ ਹੈ, ਅਤੇ ਜਿਹੜੀ ਵੱਡੀ ਵਾਲੀ ਹੈ ਨਾ, ਜਿੱਥੇ ਜਾਂਦੀ ਹੈ ਸਿਆਪਾ ਹੀ ਪਾਉਂਦੀ ਆ। ਚੰਗਾ ਕੀਤਾ ਤੁਸੀਂ ਜੇ ਤੁਸੀਂ ਆਪਣਾ ਉਹਦੇ ਨਾਲ ਰਿਸ਼ਤਾ ਤੋੜ ਦਿੱਤਾ, ਨਹੀਂ ਤਾਂ ਉਹਨੇ ਤੁਹਾਡੀ ਜ਼ਿੰਦਗੀ ਅਤੇ ਤੁਹਾਡਾ ਘਰ ਸਭ ਕੁਝ ਬਰਬਾਦ ਕਰਕੇ ਰੱਖ ਦੇਣਾ ਸੀ। ਤਮਾਸ਼ਾ ਕਰਨ ਦੇ ਇਲਾਵਾ ਉਹਨੂੰ ਕੁਝ ਆਉਂਦਾ ਹੀ ਨਹੀਂ ਹੈਗਾ, ਉਹਨੂੰ ਕੰਮ ਤਾਂ ਕੋਈ ਦਿੰਦਾ ਨਹੀਂ ਹੈਗਾ। ਜਿੱਥੇ ਵੀ ਜਾਂਦੀ ਹੈ ਬਸ ਆਪਣੀ ਨੌਟੰਕੀ ਕਰਦੀ ਰਹਿੰਦੀ ਹੈ। ਹਾਂ ਹਾਂ, ਮੈਂ ਹੋਸਟਿੰਗ ਕੀਤੀ ਹੈ ਨਾ, ਮੇਰੀ ਜਿਹੜੀ ਕਜ਼ਨ ਨਹੀਂ ਹੈ ਪਿੰਕੀ, ਉਹਦੇ ਵਿਆਹ ਦੇ ਸਾਰੇ ਫੰਕਸ਼ਨਸ ਹੋਸਟ ਕੀਤੇ ਆ ਮੈਂ, ਤੇ ਕਈ ਲੋਕਲ ਫੰਕਸ਼ਨਸ ਵੀ ਹੋਸਟ ਕੀਤੇ ਆ। ਮੈਂ ਤੇ ਲੋਕਲ ਐਡਸ ਵੀ ਕੀਤੀਆਂ ਨੇ, ਬਾਕੀ ਪੰਜਾਬ ਨਾਲ ਤੇ ਮੈਂ ਦਿਲੋਂ ਜੁੜੀ ਆ। ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰ ਲਓ। ਹਾਂਜੀ, ਮੈਂ ਤੁਹਾਡੀ ਪ੍ਰੋਫਾਈਲ ਹੀ ਦੇਖ ਰਿਹਾ ਸੀ। ਓ, ਤੇ ਤੁਸੀਂ 17 ਸਾਲਾਂ ਦੇ ਸੀ ਜਦੋਂ ਤੋਂ ਹੋਸਟਿੰਗ ਕਰ ਰਹੇ ਹੋ। ਵੈਰੀ ਇੰਪ੍ਰੈਸਿਵ। ਹਾਂ ਹਾਂ, ਮੈਨੂੰ ਤਾਂ ਬਚਪਨ ਤੋਂ ਇਹ ਸਭ ਦਾ ਬੜਾ ਸ਼ੌਕ ਸੀ। ਜਦੋਂ ਸੁਪਨੇ ਇੰਨੇ ਵੱਡੇ ਨੇ ਤਾਂ ਮਿਹਨਤ ਵੀ ਤਾਂ ਐਕਸਟਰਾ ਕਰਨੀ ਪਏਗੀ ਨਾ, ਇਸ ਕਰਕੇ ਮੈਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ। ਹਾਏ ਬਾਬਾ ਜੀ, ਬਸ ਅੱਜ ਗੱਲ ਬਣ ਜੇ। ਦੋਵੇਂ ਭੈਣਾਂ ਬਸ ਇੱਕ ਮੌਕਾ ਲੱਭਦੀ ਰਹਿੰਦੀਆਂ ਨੇ ਕਿ ਕੋਈ ਚੰਗੇ ਘਰ ਦਾ ਮੁੰਡਾ ਮਿਲੇ ਅਤੇ ਅਸੀਂ ਉਹਨਾਂ ਨੂੰ ਫਸਾ ਲਾਂ। ਤੁਹਾਨੂੰ ਵੀ ਤਾਂ ਉਹਨਾਂ ਨੇ ਇੱਦਾਂ ਹੀ ਫਸਾਇਆ ਸੀ, ਉਹ ਤਾਂ ਸ਼ੁਕਰ ਹੈ ਕਿ ਤੁਸੀਂ ਬਚ ਗਏ। ਉਹ ਇੱਦਾਂ ਦੀ ਕੁੜੀਆਂ ਦਾ ਕੋਈ ਕਰੈਕਟਰ ਨਹੀਂ ਹੁੰਦਾ, ਇੱਦਾਂ ਦੀ ਕੁੜੀਆਂ ਦਾ ਕੋਈ ਕਰੈਕਟਰ ਨਹੀਂ ਹੁੰਦਾ। ਇਨਫ, ਬਕਵਾਸ ਬੰਦ ਕਰ ਆਪਣੀ। ਖਬਰਦਾਰ, ਜੇ ਇੱਕ ਵੀ ਸ਼ਬਦ ਬੋਲਿਆ ਤੇ ਮੈਂ ਉਹਦੇ ਨਾਲ ਰਿਸ਼ਤਾ ਇਸ ਲਈ ਤੋੜਿਆ ਕਿਉਂਕਿ ਉਹ ਕੁੜੀ ਬੇਵਕੂਫ ਹੈ, ਇਮੈਚਿਓਰ ਹੈ। ਮੈਂ ਉਹਦੇ ਨਾਲ ਇੱਕ ਵੀ ਪੱਲ ਨਹੀਂ ਬਿਤਾ ਸਕਦਾ ਸੀ, ਪਰ ਉਹਦੇ ਕਰੈਕਟਰ 'ਤੇ ਉਂਗਲੀ ਚੱਕਣ ਤੋਂ ਪਹਿਲਾਂ ਆਪਣਾ ਕਰੈਕਟਰ ਵੇਖ ਕਿ ਤੂੰ ਇੱਕ ਨੰਬਰ ਦਾ ਨੀਚ ਹੈ। ਤੇਰੇ ਮੇਰੇ ਵਿੱਚ ਕੋਈ ਗਲਤ ਫਹਿਮੀ ਨਹੀਂ ਹੋਈ ਸੀ, ਬਲਕਿ ਤੇਰੇ ਕਰਤੂਤਾਂ ਮੇਰੇ ਸਾਹਮਣੇ ਆ ਗਿਆ ਸੀ ਕਿ ਤੂੰ ਇੱਕ ਨੰਬਰ ਦਾ ਘਟੀਆ ਹੈ ਜੋ ਇੱਥੇ ਉੱਥੇ ਹਰ ਜਗ੍ਹਾ ਮੂੰਹ ਮਾਰਦਾ, ਕੁੜੀਆਂ ਦੇ ਜਜ਼ਬਾਤਾਂ ਨਾਲ ਖੇਡਦਾ, ਉਹਨਾਂ ਨੂੰ ਝੂਠੀ ਉਮੀਦ ਦਿੰਦਾ, ਝੂਠੇ ਪਿਆਰ 'ਚ ਫਸਾਉਂਦਾ। ਜੇ ਤੂੰ ਫਲਕ ਦਾ ਭਰਾ ਨਾ ਹੁੰਦਾ ਨਾ, ਤਾਂ ਮੈਂ ਕਦੇ ਵੀ ਜ਼ਿੰਦਗੀ 'ਚ ਤੇਰੇ ਵਰਗੇ ਘਟੀਆ ਇਨਸਾਨ ਦਾ ਮੂੰਹ ਨਾ ਵੇਖਦਾ। ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।